ਅੱਜ ਮਾਘੀ ਦੇ ਪਵਿੱਤਰ ਤਿਉਹਾਰ ਮੌਕੇ ਸ਼੍ਰੀ ਮੁਕਤਸਰ ਸਾਹਿਬ ਅਸੀਂ ਪਹੁੰਚੇ ਹਾਂ। 40 ਮੁਕਤਿਆਂ ਦੀ ਧਰਤੀ 'ਤੇ ਅਸੀਂ ਪਹੁੰਚੇ ਹਾਂ ਅਤੇ ਇੱਥੇ ਤੁਹਾਨੂੰ ਜਿਹੜੇ ਜਿੰਨੇ ਵੀ ਇੱਥੇ ਸਟੱਡ ਨੇ, ਫਾਰਮ ਨੇ, ਜਿੰਨੇ ਵੀ ਇੱਥੇ ਪ੍ਰਦਰਸ਼ਨੀਆਂ ਵਗੈਰਾ ਲੱਗੀਆਂ, ਉਹ ਤੁਹਾਨੂੰ ਸਾਰੀਆਂ ਦਿਖਾਉਣ ਦੀ ਜਿਹੜੀ ਅਸੀਂ ਕੋਸ਼ਿਸ਼ ਕਰਾਂਗੇ। ਅਸੀਂ ਕਿਸ਼ਨਪੁਰਾ ਬਾੜਾ ਕਿਸ਼ਨਪੁਰਾ ਦੇ ਭਰਾ ਸੀਗੇ ਅਤੇ ਇੱਥੇ ਅਸੀਂ ਇਹਨਾਂ ਕੋਲ ਪਹੁੰਚੇ ਹਾਂ ਤਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਭਰਾ ਜੀ? ਬਈ ਸਾਡੇ ਫਾਰਮ ਹੈਗਾ ਬਰਾੜ ਫਾਰਮ ਸ਼੍ਰੀ ਮੁਕਤਸਰ ਸਾਹਿਬ। ਸ਼੍ਰੀ ਮੁਕਤਸਰ ਸਾਹਿਬ ਕਿਹੜੀਆਂ ਕਿਹੜੀਆਂ ਵਰਾਇਟੀਆਂ ਦੇ ਵਿੱਚ ਆਪਾਂ ਡੀਲ ਕਰਦੇ ਹਾਂ ਬਈ? ਆਲ ਪੰਚ ਮੈਲ, ਆਲ ਵਰਡ ਮਿਲ ਜਾਂਦਾ ਬਈ, ਸੇਲ ਪਰਚੇਸ ਦਾ ਕੰਮ। ਕਿਹੜੇ ਹੈਗੇ ਆਪਾਂ ਦਿਖਾਵਾਂਗੇ ਬਈ? ਆ ਸੀਲ ਮੁਰਗੀਆਂ ਆਈਆਂ। ਅੱਛਾ, ਇਹ ਜਿਹੜੀਆਂ ਆਮ ਹੀ ਆਪਣੇ ਘਰਾਂ 'ਚ ਰੱਖੀਆਂ ਜਾਂਦੀਆਂ? ਨਹੀਂ ਨਹੀਂ, ਇਹ ਸੀਲ ਬਈ ਲੜਾਈ ਵਾਸਤੇ ਵਰਤੀਆਂ ਜਾਂਦੀਆਂ। ਲੜਾਈ ਵਾਸਤੇ ਵਰਤੀਆਂ ਜਾਂਦੀਆਂ ਜਿਹੜੇ? ਠੀਕ ਹੈ। ਅਤੇ ਇਸ ਤੋਂ ਅੱਗੇ ਬਈ ਜੀ? ਇਹ ਨਕਾਬਪੋਸ਼ ਕਬੂਤਰ ਆ ਗਏ ਬਈ, ਫੈਂਸੀ। ਠੀਕ ਹੈ, ਫੈਂਸੀ ਕਬੂਤਰ। ਹਾਂਜੀ, ਇਹ ਬਈ ਸਿਰਫ ਘਰੇ ਸ਼ੋਅ ਵਾਸਤੇ ਰੱਖੇ ਜਾਂਦੇ ਆ। ਅੱਛਾ ਅੱਛਾ, ਠੀਕ ਹੈ। ਤੇ ਇੱਧਰ ਕਿਹੜੇ? ਇਹ ਵੀ ਇਹੀ ਆ ਗਏ? ਹਾਂਜੀ, ਇਹ ਬੈਚ ਸੈਨੀਨੇਟ ਕਿੰਗ ਤੇ ਨਕਾਬ, ਇਹ ਵੀ ਸ਼ੋਅ ਵਾਸਤੇ ਰੱਖੇ ਜਾਂਦੇ ਘਰਾਂ ਵਿੱਚ, ਫੈਂਸੀ ਨੇ। ਇਹ ਸਾਰੇ ਸ਼ੋਅ ਵਾਲੀ ਹੈ? ਹਾਂਜੀ। ਤੇ ਆਹ ਦੂਸਰੇ ਬਾਜੀਆਂ ਵਾਲੇ ਆ ਗਏ ਕਿ? ਨਹੀਂ ਜੀ, ਇਹ ਵੀ ਸ਼ੋਅ ਵਾਲੀ ਹੈ। ਚਿੱਲੇ ਨੀਚੇ ਬਈ ਜੀ, ਹੋਰ ਵੈਰਾਈਟੀ ਬੈਠੀ ਇੱਕ? ਇਹ ਡੱਕ ਨੇ, ਮਸਕੋਬੀ ਡੱਕ ਨੇ, ਇਹ ਬਾਹਰ ਦੀ ਬਰੀਡ ਆ ਬਈ ਮਸਕੋਬੀ। ਠੀਕ ਹੈ ਠੀਕ ਹੈ। ਉਹ ਰਾਜ ਹੰਸ ਨੇ। ਆਹ ਰਾਜ ਹੰਸ ਆ ਗਏ? ਇਹ ਜਿਹੜੇ ਆਮ ਹੀ ਰਾਜ ਹੰਸ ਸੁਣਦੇ ਹੁੰਦੇ ਸੀ ਬਜ਼ੁਰਗਾਂ ਤੋਂ? ਹਾਂਜੀ, ਪਿੰਡਾਂ 'ਚ ਆਮ ਹੀ ਸਾਡੇ। ਅੱਛਾ, ਉਹ ਨੇ। ਠੀਕ ਹੈ। ਅਤੇ ਇਦੋਂ ਅੱਗੇ ਬਈ? ਆਹ ਇਹ ਅਮੈਰੀਕਨ ਤਰਕੀ ਆ ਗਏ। ਤਰਕੀ? ਹਾਂਜੀ, ਠੀਕ ਹੈ। ਇਹ ਇਹਨਾਂ ਨੂੰ ਬਈ ਇੱਥੇ ਇਸ ਵਾਤਾਵਰਨ ਦੇ ਵਿੱਚ ਰਹਿ ਜਾਂਦੇ? ਹਾਂਜੀ ਹਾਂਜੀ, ਇਹ ਹਾਂਜੀ ਇਹ ਇਨਵੋਲਵ ਆ ਇਸ ਵਾਤਾਵਰਨ 'ਚ। ਠੀਕ ਹੈ ਠੀਕ ਹੈ। ਅਤੇ ਆਹ ਅੱਗੇ ਵੀ? ਇਹ ਵੀ ਅਮੈਰੀਕਨ ਤਰਕੀ। ਹਾਂਜੀ, ਇਹ ਵੱਡੇ ਮੇਰੇ ਖਿਆਲ ਦੇ? ਹਾਂਜੀ, ਇਹ ਛੋਟੇ ਆ, ਇਹ ਵੱਡੇ ਆ, ਬਰੀਡਿੰਗ ਪੇਅਰ ਆ। ਠੀਕ ਹੈ ਠੀਕ ਹੈ। ਅਤੇ ਇਸ ਤੋਂ ਅੱਗੇ ਬਾਈ ਜੀ? ਇਹ ਬਾਈ ਜੀ ਗਿਨੀ ਫਾਲ, ਜਿਹਨਾਂ ਨੂੰ ਚਰਚਰੇ ਕਹਿ ਦਿੰਦੇ ਆ। ਹਾਂਜੀ, ਇਹ ਦੋਨੇ ਉਹਨਾਂ ਦਾ ਕਲਰ ਹੋਰ ਇਹਨਾਂ ਦੇ ਵਾਈਟ? ਇਹ ਇਹਨਾਂ ਵਿੱਚ ਤਿੰਨ ਕਲਰ ਆਉਂਦੇ ਆ, ਬਲੈਕ, ਸਿਲਵਰ, ਵਾਈਟ। ਠੀਕ ਹੈ, ਓਕੇ। ਅੱਗੇ ਵੀ ਉਹੀ ਆ ਗਿਆ ਨਾ? ਠੀਕ ਹੈ। ਅਤੇ ਇਹ ਇਹ ਬਾਈ ਜੀ ਕੀ ਕੰਮ ਆਉਂਦੇ? ਆਂਡੇ ਖਾਣ ਦੇ ਕੰਮ ਆਉਂਦੇ ਜੀ? ਹਾਂਜੀ, ਵਾ ਘਰੇ ਰਾਖੀ ਲਈ ਇਹ ਵਰਤੇ ਜਾਂਦੇ ਆ ਬਈ, ਜ਼ਿਆਦਾਤਰ। ਅਤੇ ਆਂਡੇ ਵਗੈਰਾ ਵੀ ਖਾਂਦੇ? ਆਂਡੇ ਵਗੈਰਾ ਵੀ ਖਾਧੇ ਜਾਂਦੇ ਨੇ, ਬਰੀਡਿੰਗ ਵੀ ਕਰਾਈ ਜਾਂਦੀ ਅੱਗੇ। ਠੀਕ ਹੈ ਠੀਕ ਹੈ, ਓਕੇ। ਆ ਅੱਗੇ ਫਿਰ ਕਬੂਤਰ ਆ ਗਏ ਹੈ ਨਾ? ਇਹ ਕਬੂਤਰ ਆ ਗਏ ਆਮ ਹੀ ਬਾਜੀਆਂ ਵਾਲੇ। ਬਾਜੀ ਵਾਲੇ ਕਬੂਤਰ ਆ ਗਏ। ਤੇ ਆ ਕਤੂਰੇ ਦੇ ਵਿੱਚ ਇਹਨਾਂ ਦੇ ਬੱਚੇ ਵੀ ਡੀਲ ਕਰਦੇ ਹੋ? ਹਾਂਜੀ, ਕਤੂਰਿਆਂ ਦਾ ਹੀ ਕੰਮ। ਠੀਕ ਹੈ ਠੀਕ ਹੈ। ਤੇ ਬਾਈ ਜੀ, ਤੁਹਾਡੇ ਤੋਂ ਕਿਸੇ ਨੇ ਖਰੀਦਣਾ ਹੋਵੇ ਤਾਂ ਕੀ ਆਪਣਾ ਸੰਪਰਕ ਨੰਬਰ ਵਗੈਰਾ ਹੈਗਾ? ਸੰਪਰਕ ਨੰਬਰ ਹੈਗਾ ਬਾਈ 98811123, ਵਟਸਐਪ ਨੰਬਰ ਹੀ ਹੈ ਇਹੀ ਨੰਬਰ। ਦੁਬਾਰੇ ਫਿਰ ਬੋਲ ਦਿਓ ਇੱਕ ਵਾਰੀ, 97811123। ਤੇ ਐਡਰੈਸ ਕੀ ਹੈ ਆਪਣਾ? ਐਡਰੈਸ ਵੀ ਦੱਸ। ਐਡਰੈਸ ਹੈਗਾ ਪਿੰਡ ਵਾੜਾ ਕਿਸ਼ਨਪੁਰਾ, ਜ਼ਿਲ੍ਹਾ ਮੁਕਤਸਰ ਸਾਹਿਬ। ਠੀਕ ਹੈ। ਪਿੰਡ ਦੇ ਵਿੱਚ ਕਿਸੇ ਨੂੰ ਵੀ ਪੁੱਛੋ ਤਾਂ ਮਤਲਬ? ਹਾਂਜੀ 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 ਹਾਂਜੀ। ਬਾਈਆਂ ਦਾ ਇੱਕ ਵਾਰੀ ਆਹ ਬੋਰਡ ਆ ਜਿਹੜਾ ਜ਼ਰੂਰ ਦਿਖਾ ਦਿਓ ਤਾਂ ਕਿ ਜਿਹੜਾ ਆਸਾਨੀ ਨਾਲ ਲੋਕ ਇਹਨਾਂ ਨਾਲ ਕੰਟੈਕਟ ਆ ਜਿਹੜਾ ਕਰ ਸਕਣ ਅਤੇ ਇੱਥੇ ਜਿਹੜਾ ਪਹੁੰਚ ਸਕਣ। ਅਤੇ ਨਾਲ ਹੀ ਅਪੀਲ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਵੀ ਜ਼ਰੂਰਤਮੰਦ ਦੇ ਤੱਕ ਇਹ ਵੀਡੀਓ ਹੈ ਜਿਹੜੀ ਪਹੁੰਚ ਸਕੇ। ਸਾਰੀ ਵੀਡੀਓ ਦੇਖਣ ਵਾਲੇ ਵੀਰਾਂ ਧੰਨਵਾਦ। ਕੈਮਰਾਮੈਨ ਰਮਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ।